मेरा नाम अरुण बजाज पर लोगों ने मैनू ना दिता है द निडल मैन कि मैं ये नाम मिले द निडल मैन कि मैं एक धागिया का सूई के नाल मशीन के नाल विच रसया होया इंसान हाँ कि मेरा इन्हां दे नाल आत्मा और प्यार का रिश्ता मशीन है ये मेरे लिए मेरा जनून है मेरी मशीन नाल मैनू प्यार है मेरा रब है इस दे नाल मैं पता नहीं किन्ने किन्ने साल इहदे नाल दिन रात बैठ के जिहड़ा मैंने एक तपस्या करी है वह मेरा प्रेम है ये जिहड़ा मैं अज तक उरे पहुँच पाया ये जिहड़े कलर्स ने ये जिवें कह दो एक प्यार दियाँ एक कहिंदे ना शाखावां होंदियां ये जिहड़े धागे ऐसी चीज़ हैगी है जिहड़े ना अंदर रंग रस जांदे आ बंदे दे अंदर इहदे च परमात्मा दे रंग नज़र आउंदे आ जिहदे नाल मैं इहनूं रंगां दे विच लोकां नूं रंग के दिखा रहा धागियां दे नाल थ्रैडवर्क दे नाल रंगां दे नाल एक सिलाई मशीन दे नाल ਜਿਹੜੀ ਚੀਜ਼ ਨੂੰ ਕਹਿੰਦੇ ਆ ਪੋਸੀਬਲ ਨਹੀਂ ਹੈ ਜਿਹੜਾ ਮੈਂ ਥਰੈਡਵਰਕ ਕਰਦਾ ਜਿਹੜੇ ਮੇਰੇ ਕੋਲ ਪੋਰਟਰੇਟ ਬਣਦੇ ਹੈ ਉਹ ਪੋਰਟਰੇਟ ਇੱਕ ਐਸੇ ਤਰੀਕੇ ਨਾਲ ਬਣਦੇ ਹੈ ਜਿਹਨੂੰ ਦੇਖ ਕੇ ਸ਼ੋਅ ਹੀ ਨਹੀਂ ਹੁੰਦਾ ਕਿ ਇਹ ਸਿਲਾਈ ਮਸ਼ੀਨ ਦੇ ਨਾਲ ਬਣੇ ਹੋਏ ਹੈ ਜਾਂ ਇਹ ਪੇਂਟਿੰਗ ਹੋਈ ਪਈ ਹੈ ਲੋਕਾਂ ਨੂੰ ਜਦ ਮੈਂ ਦੱਸਣ ਲੱਗਿਆ ਕਿ ਮੈਂ ਕੰਮ ਕਰ ਰਿਹਾ ਮੈਂ ਦਿਖਾਉਣਾ ਸ਼ੁਰੂ ਕਰਿਆ ਤਾਂ ਲੋਕਾਂ ਨੇ ਯਕੀਨ ਨਹੀਂ ਕਰਿਆ ਕਿ ਇਹ ਪੋਸੀਬਲ ਨਹੀਂ ਹੈ ਪਰ ਜਦ ਮੈਂ ਉਸਨੂੰ ਬਣਾ ਕੇ ਐਕਸਪਲੇਨ ਕਰਿਆ ਲੋਕਾਂ ਦੇ ਸਾਹਮਣੇ ਕਰਿਆ ਤਾਂ ਯਕੀਨ ਹੀ ਨਹੀਂ ਕਰ ਸਕੇ ਕਿ ਇਹ ਵਾਕਈ ਇਹ ਧਾਗੇ ਨਾਲ ਬਣਿਆ ਹੋਇਆ ਲੋਕ ਇਹ ਕਹਿੰਦੇ ਸੀ ਕਿ ਤੂੰ ਕੰਮ ਕਰ ਲੈ ਕਿ ਇਹ ਕਾਹਨੂੰ ਇਹਨਾਂ ਚੀਜ਼ਾਂ ਦੇ ਵਿੱਚ ਪਿਆ ਹੋਇਆ ਪਰ ਅੱਜ ਲੋਕ ਮੈਨੂੰ ਐਸਾ ਪਿਆਰ ਦੇ ਰਹੇ ਹੈ ਔਰ ਆਪਣੇ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਟਾਈਮ ਇਸ ਬੱਚੇ ਨੂੰ ਰੋਕਦੇ ਹੁੰਦੇ ਸੀ ਅੱਜ ਇਸ ਬੱਚੇ ਨੇ ਸਾਡੇ ਪਟਿਆਲੇ ਦਾ ਪੰਜਾਬ ਦਾ ਅਤੇ ਇੰਡੀਆ ਦਾ ਨਾਮ ਰੋਸ਼ਨ ਕਰੇ ਮੈਂ ਚਾਹੁੰਦਾ ਕਿ ਮੇਰਾ ਜਿਹੜਾ ਇਹ ਆਰਟ ਵਰਕ ਹੈਗਾ ਥਰੈਡ ਵਰਕ ਇੱਕ ਨਵੀਂ ਨੂੰ ਪਹਿਚਾਣ ਮਿਲੇ ਕਿਉਂਕਿ ਇਹ ਵਰਲਡ ਲੈਵਲ ਦੇ ਵਿੱਚ ਇੱਕ ਵਿਲੱਖਣ ਕੰਮ ਹੈ ਇੱਕ ਨਵਾਂ ਕੰਮ ਹੈ 100 ਸਾਲ ਪੁਰਾਣੀ ਮਸ਼ੀਨ ਦੇ ਨਾਲ ਮੈਂ ਧਾਗੇ ਨਾਲ ਤਸਵੀਰਾਂ ਬਣਾ ਰਿਹਾ ਅਤੇ ਇਸ ਨੂੰ ਲੋਕ ਇਹਨੂੰ ਪਸੰਦ ਕਰ ਰਹੇ ਹੈ ਪਰ ਮੈਂ ਗੁਜ਼ਾਰਿਸ਼ ਕਰਦਾ ਸਰਕਾਰਾਂ ਨੂੰ ਕਿ ਇਸ ਕੰਮ ਨੂੰ ਪੂਰੇ ਵਰਲਡ ਲੈਵਲ ਦੇ ਉੱਪਰ ਲੈ ਕੇ ਜਾਇਆ ਜਾਵੇ ਕਿ ਇਹ ਕੰਮ ਉਰੀ ਨਾ ਖਤਮ ਹੋ ਜਾਵੇ